जहरीली शराब ਨਾਲ ਹੋਈਆਂ ਮੌਤਾਂ ਤੋਂ ਬਾਅਦ ਸਰਕਾਰ ਦੇ ਆਦੇਸ਼ ਅਨੁਸਾਰ ਕਾਰਵਾਈ ਕਰਦਿਆਂ ਅਜਨਾਲਾ ਪੁਲਿਸ ਨੇ ਡਰੋਨ ਕੈਮਰੇ ਦੀ ਸਹਾਇਤਾ ਨਾਲ ਸਰਹੱਦੀ ਪਿੰਡ ਸਾਰੰਗਦੇਵ ਤੋਂ ਕੱਚੀ ਲਾਣ ਅਤੇ ਨਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਡੀਐਸਪੀ ਅਜਨਾਲਾ ਵਿਪਨ ਕੁਮਾਰ ਦੀ ਅਗਵਾਈ ਹੇਠ ਭਾਰਤ ਪਾਕ ਸਰਹੱਦ ਤੋਂ ਥੋੜੀ ਦੂਰ ਸਥਿਤ ਪਿੰਡ ਸਾਰੰਗਦੇਵ ਵਿਖੇ ਡਰੋਨ ਕੈਮਰੇ ਦੀ ਸਹਾਇਤਾ ਨਾਲ ਸਾਰੇ ਪਿੰਡ ਦੀ ਜਾਂਚ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਨੇ ਕੋਈ ਘਰ ਵਿੱਚੋਂ ਦੇਸੀ ਸ਼ਰਾਬ ਬਣਾਉਣ ਦਾ ਸਮਾਨ ਅਤੇ ਵੱਡੀ ਮਾਤਰਾ ਵਿੱਚ ਨਜਾਇਜ਼ ਦੇਸੀ ਸ਼ਰਾਬ ਬਰਾਮਦ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਵਿਪਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਇਹਨਾਂ ਵਿਰੁੱਧ ਥਾਣਾ ਜਨਾਲਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੋਇਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਾਫੀ ਕੈਜ਼ੁਅਲਟੀਜ਼ ਜਿਹੜੀਆਂ ਇਸ ਬਾਰਡਰ ਰੇਂਜ ਦੇ ਵਿੱਚ ਹੋ ਚੁੱਕੀਆਂ ਨੇ ਅਤੇ ਇਸ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਜਿਹੜੀ ਵਰਤੋਂ ਹੋ ਰਹੀ ਹੈ ਇਹਨੂੰ ਠੱਲ ਪਾਉਣ ਵਾਸਤੇ SSP ਸਾਹਿਬ ਅੰਮ੍ਰਿਤਸਰ ਦਿਹਾਤੀ ਜੀ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਦੇ ਤਹਿਤ ਅੱਜ ਅਸੀਂ ਪਿੰਡ ਸਾਰੰਗਦੇਵ ਥਾਣਾ ਅਜਨਾਲਾ ਦੇ ਵਿੱਚ ਇੱਕ ਪਲੈਂਡ ਤਰੀਕੇ ਨਾਲ ਰੇਡ ਕੀਤਾ ਔਰ ਉਹਦੇ ਵਿੱਚ ਅਸੀਂ ਪਿੰਡ ਨੂੰ ਕਾਰਡਨ ਆਫ ਕਰਕੇ ਅਤੇ ਡਰੋਨ ਦੀ ਮਦਦ ਦੇ ਨਾਲ ਸਾਰੇ ਪਿੰਡ ਦੀ ਅਸੀਂ ਸਕਰੀਨਿੰਗ ਕੀਤੀ ਹੈ ਔਰ ਦੌਰਾਨੇ ਰੇਡ ਜਿਹੜੇ ਸਾਨੂੰ 3 ਸਪੋਟਸ ਦੇ ਉੱਤੇ ਕਰੀਬ 1 ਕੁਇੰਟਲ 20 ਕਿਲੋ ਲਾਹਨ ਅਤੇ 30,000 ML ਜਿਹੜੀ ਹੈ ਨਜਾਇਜ਼ ਸ਼ਰਾਬ ਲਿਸਟ ਲੀਕਰ ਮਿਲੀ ਹੈ ਅਤੇ ਇਹਨਾਂ ਦੇ ਖਿਲਾਫ਼ ਅਸੀਂ ਪਰਚੇ ਦਰਜ ਕਰ ਰਹੇ ਹਾਂ ਔਰ ਸ਼ਰਾਬ ਸਮਾਨ ਬਣਾਉਣ ਦਾ ਸਾਰਾ ਜਿਹੜਾ ਸਮਾਨ ਹੈ ਇਹ ਮੌਕੇ ਤੋਂ ਮਿਲਿਆ। ਟੋਟਲ ਸਰ ਕਿੰਨੇ ਵਿਅਕਤੀਆਂ ਦੇ ਪਰਚੇ ਹੋਏ ਜੀ? ਇਹ 3 ਵਿਅਕਤੀਆਂ ਦੇ ਪਰਚੇ ਹੋਏ ਆ ਅਤੇ ਅਸੀਂ ਇਹਨਾਂ ਦੀ ਜਿਹੜੀ ਬੰਦੀ ਕਾਰਵਾਈ ਜੋ ਵੀ ਅੱਗੇ ਨੈਕਸਟ ਪ੍ਰੋਸੀਡਿੰਗ ਹੈਗੀ ਉਹ ਕਰ ਰਹੇ ਹਾਂ। ਸਰ ਕੀ ਸੋਰਸਿਸ ਵਰਤੇ ਜੀ ਇਹਦੇ ਵਿੱਚ? ਇਹਦੇ ਵਿੱਚ ਮੇਨ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸੀ, ਉਸ ਤੋਂ ਇਲਾਵਾ ਜਿਹੜਾ ਅਸੀਂ ਅੱਜ ਫਸਟ ਡਰੋਨ ਦੀ ਮਦਦ ਦੇ ਨਾਲ ਜਿਹੜੀ ਹੈ ਨਾ ਸਾਰੀਆਂ ਗਲੀਆਂ ਔਰ ਸਾਰੇ ਇਹ ਪਿੰਡ ਨੂੰ ਕਵਰ ਕੀਤਾ। ਕੰਜਸਟਡ ਜਿਹਾ ਏਰੀਆ ਸੀ ਔਰ ਕਾਫੀ ਜਿਹੜਾ ਸਿੰਘਣੀ ਆਬਾਦੀ ਸੀ ਇਸ ਪਿੰਡ ਦੇ ਵਿੱਚ ਅਤੇ ਇਹਦੇ ਕਰਕੇ ਸਾਨੂੰ ਜਿਹੜੀ ਇਹ ਸਫਲਤਾ ਮਿਲੀ ਹੈ ਕਿ ਅਸੀਂ 3 ਜਿਹੜੇ ਉੱਤੇ ਨਜਾਇਜ਼ ਸ਼ਰਾਬ ਜਿਹੜੇ ਕੱਢਦੇ ਸਪੋਟ ਸੀ ਉਹਨਾਂ ਨੂੰ ਮੌਕੇ 'ਤੇ ਅਸੀਂ ਜਿਹੜਾ ਟ੍ਰੇਸ ਕੀਤਾ। ਸਰ ਕਿੰਨਾ ਕੁ ਫਾਇਦਾ ਮਿਲਿਆ ਡਰੋਨ ਦਾ ਔਰ ਆਉਣ ਵਾਲੇ ਸਮੇਂ 'ਚ ਡਰੋਨ ਦੀ ਵਰਤੋਂ ਫਿਰ ਦੁਬਾਰਾ ਤੋਂ ਕੀਤੀ ਜਾਵੇਗੀ? ਜਿਸ ਜਿਹੜੇ ਡੈਂਸ ਏਰੀਆ ਹੈਗੇ ਨੇ ਜਿੱਥੇ ਜ਼ਰੂਰਤ ਹੋਏਗੀ ਉੱਥੇ ਅਸੀਂ ਜ਼ਰੂਰ ਕਰਾਂਗੇ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।